ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਜਪਜੀ ਸ੍ਰੀ ਦਾ ਅਗਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰੀਏ ਜੀ ਪੰਜ ਪਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਨ ਪੰਚਾ ਕਾ ਗੋਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ شمار ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਜੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਉ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਇਹ ਤਾਂ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਤ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰਾਕਥਨ ਪਿਛੇ ਕਿਹਾ ਸੀ ਕਿ ਮਨਨ ਸ਼ੀਲ ਪੁਰਖ ਮੋਖ ਪਾਉਂਦੇ ਹਨ ਆਪ ਤਰਦੇ ਤੇ ਹੋਰਾਂ ਨੂੰ ਤਾਰਦੇ ਹਨ ਹੁਣ ਪੌੜੀ 16 ਵਿੱਚ ਫਰਮਾਉਂਦੇ ਹਨ ਕਿ ਉਹਨਾਂ ਦਾ ਗੁਰੂ ਇੱਕ ਧਿਆਨ ਹੋ ਜਾਂਦਾ ਹੈ ਅਰਥਾਤ ਸੁਣ ਕੇ ਮੰਨ ਕੇ ਉਹਨਾਂ ਦਾ ਧਿਆਨ ਇੱਕ ਈਸ਼ਵਰ ਵਿੱਚ ਟਿਕ ਜਾਂਦਾ ਹੈ ਧਿਆਨ ਹੀ ਪਰਮ ਟਿਕਾਉ ਵਿੱਚ ਜਾ ਕੇ ਸਮਾਦੀ ਕਹਿਲਾਉਂਦਾ ਹੈ ਇਹ ਧਿਆਨ ਅਭਿਆਸ ਦਾ ਮੁਤਾਜ ਧਿਆਨ ਪ੍ਰਯਤਨਮਈ ਨਿਤਿਆਸਨ ਨਹੀਂ ਪਰ ਪਰਪਕ ਧਿਆਨ ਹੈ ਜੋ ਸਹਿਜ ਸਮਾਧੀ ਦੇ ਰੂਪ ਵਿੱਚ ਨਿਰਯਤਨ ਲਗਾ ਰਹਿੰਦਾ ਹੈ। ਯਥਾ ਗੁਰਮੁਖ ਲਾਗੇ ਸਹਿ ਧਿਆਨ ਇਸ ਪੌੜੀ ਵਿੱਚ ਇਹਨਾਂ ਸਹਿ ਧਿਆਨੀਆਂ ਨੂੰ ਪੰਜ ਪਦ ਨਾਲ ਯਾਦ ਕੀਤਾ ਹੈ। ਪੰਜ ਪਰਵਾਨ ਪੰਜ ਪ੍ਰਦਾਨ ਪੰਜe ਪਾਵੇ ਦਰਗੇ ਮਾਨ ਪੰਜe ਸੁਹੇ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਇਨਾ ਪੰਚ ਇਨਾ ਪੰਚਾਂ ਸੰਤਾਂ ਦਾ ਗੁਰੂ ਇੱਕ ਧਿਆਨ ਹੋ ਜਾਂਦਾ ਹੈ ਭਾਵ ਇਹ ਕਿ ਉਹ ਨਾਮ ਜਪਦੇ ਜਪਦੇ ਈਸ਼ਵਰ ਦੇ ਧਿਆਨ ਵਿੱਚ ਪਰਪੱਕ ਹੋ ਜਾਂਦੇ ਹਨ ਐਸਾ ਹੋ ਜਾਣੇ ਨਾਲ ਇਹ ਪੰਚ ਜੀਵ ਦੇ ਜੀ ਹੀ ਈਸ਼ਵਰ ਦੀ ਦ੍ਰਿਸ਼ਟੀ ਵਿੱਚ ਮਨਜ਼ੂਰ ਹੋ ਜਾਂਦੇ ਹਨ ਇਧਰ ਸਾਥ ਸੰਗਤ ਵਿੱਚ ਵੀ ਉਹ ਪੰਚ ਮੁਖੀਏ ਮੰਨੇ ਜਾਂਦੇ ਹਨ ਜਦੋਂ ਸਰੀਰ ਛੋੜਦੇ ਹਨ ਤਾਂ ਸਾਈਂ ਦੀ ਦਰਗਾਹ ਵਿੱਚ ਵੀ ਇਹ ਪੰਜ ਮਾਨ ਪਾਉਂਦੇ ਹਨ ਐਸਾ ਕਿ ਉਸ ਸ਼ੈਨਸ਼ਾਹ ਦੇ ਦਰ ਦਰਬਾਰ ਵਿੱਚ ਇਹ ਪੰਜ ਰਾਜਿਆਂ ਦੀ ਨਿਆਂ ਸੁਭਾਇਮਾਨ ਹੁੰਦੇ ਹਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਕਰਨੇ ਨਾਈਸ਼ੁਮਾਰ ਇਹ ਤਰਿਆ ਕਰਤਾ ਕਾਦਰ ਦੀ ਪ੍ਰਾਪਤੀ ਦਾ ਵਿਸ਼ੇ ਹੁਣ ਜੇ ਕੋਈ ਕਰਤੇ ਦੇ ਕਰਨਿਆਂ ਅਰਥਾਤ ਕੁਦਰਤ ਦਾ ਹਿਸਾਬ ਪੁੱਛੇ ਜਾਂ ਕਹੇ ਤਾਂ ਉਹ ਆਪ ਜਾਂ ਸੁਣਨ ਵਾਲਾ ਵਿਚਾਰ ਕਰੇ ਕਿ ਕਰਤੇ ਦੇ ਕਰਨਿਆਂ ਦਾ ਤਾਂ ਹਿਸਾਬ ਹੋ ਹੀ ਨਹੀਂ ਸਕਦਾ ਧੌਲ ਤਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨਸੂਤ ਜਿਵੇਂ ਕੁਦਰਤ ਦਾ ਜਾਂ ਕਰਨਿਆਂ ਦਾ ਹਿਸਾਬ ਦੱਸਣ ਵਾਲੇ ਕਹਿੰਦੇ ਹਨ ਕਿ ਇਹ ਧਰਤੀ ਹੈ ਇਸ ਦੇ ਇਠਾਂ ਬਲਦ ਹੈ ਕਈ ਸ਼ੇਸ਼ਨਾਗ ਕੱਛੂ ਤੇ ਸੂਰ ਆਦਿ ਕੇਠਾ ਦੱਸਦੇ ਹਨ ਪਰ ਗੁਰੂ ਜੀ ਦੱਸਦੇ ਹਨ ਕਿ ਹੱਡ ਚਮ ਜਾਂ ਮਿੱਟੀ ਪੱਥਰ ਦਾ ਬਲਦ ਨਹੀਂ ਰਚਨਾ ਨੂੰ ਕਾਇਮ ਰੱਖਣ ਵਾਲਾ ਬਲਦ ਧਰਮ ਕਰਤਾਰ ਦਾ ਵੱਡਾ ਕਾਨੂੰਨ ਜਾਂ ਨਿਯਮ ਹੈ ਜੋ ਉਸ ਦੀ ਦਇਆ ਤੋਂ ਉਪਜਿਆ ਹੈ ਜਿਸ ਧਰਮ ਨੇ ਕਿ ਹਰ ਪਦਾਰਥ ਨੂੰ ਨਿਯਮਾਂ ਵਿੱਚ ਵੱਜੇ ਰਹਿਣ ਦਾ ਸੰਤੋਖ ਦੇ ਕੇ ਜਗ ਦਾ ਪ੍ਰਬੰਧ ਸਥਾਪਨ ਕਰ ਰੱਖਿਆ ਹੈ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਪਾਰ ਜੇ ਕੋਈ ਐਉਂ 부ਝ ਲਵੇ ਤਾਂ ਉਹ ਸਚਿਆਰ ਹੋ ਜਾਂਦਾ ਹੈ ਪਰ ਜੇ ਕੋਈ ਇਸ ਤਰ੍ਹਾਂ ਵਿਚਾਰ ਨਾ ਕਰੇ ਤਾਂ ਦੱਸੇ ਕਿ ਸਰੀਰ ਵਾਲੇ ਬਲਦ ਉੱਤੇ ਕਿੰਨਾ ਕੋਹ ਪਾਰ ਹੈ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕੌਣ ਜੋਰ भाव कोई बल धरती का पार नहीं सह सकता क्योंकि धरती होर है उस तो परे होर फिर होर धरती है उसने पार है ऐठा कि जोर है भाव होर कौन बल वाला शरीर धारी आसरा है जी जात रंगा के नाओ, सब ना लिखिया वुडी कलाम जिसने कहा एक धरती है तेठा बुलद है उसने अपनी वालों शुमार कह दिता ਜਿਸ ਦੀ ਬੋਲੂਪੁਰ ਦੱਸੀ ਗਈ ਹੈ ਹੁਣ ਆਪ ਪ੍ਰਸ਼ਨ ਕਰਕੇ ਦੱਸਦੇ ਹਨ ਕਿ ਧਰਤੀ ਏਠ ਦਾ ਤਾਂ ਬਲਦ ਕਹਿ ਕੇ شمار ਕਹਿ ਲਿਆ ਧਰਤੀ ਦੇ ਉੱਤੇ ਜੋ ਅਣਗਿਣਤ ਜੀਵ ਰਹਿੰਦੇ ਹਨ ਉਹਨਾਂ ਦਾ ਸਮਾਚਾਰ ਵੀ ਬੇਸ਼ੁਮਾਰ ਹੈ ਆਪ ਦੱਸਦੇ ਹਨ ਕਿ ਧਰਤੀ ਉੱਤੇ ਜੀਵ ਕਈ ਤਰ੍ਹਾਂ ਦੀਆਂ ਦਾਤਾਂ ਰੰਗਾਂ ਤੇ ਨਾਵਾਂ ਦੇ ਹਨ ਇਹਨਾਂ ਸਭਨਾਂ ਨੂੰ ਇੱਕ ਸਦਾ ਚੱਲ ਰਹੀ ਕਲਮ ਨੇ ਹੀ ਲਿਖਿਆ ਹੈ ਭਾਉ ਇਨਾਂ ਦਾ ਲੇਖਾ ਕਰਤਾਰ ਆਪ ਹੀ ਜਾਣਦਾ ਹੈ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲਿਓ ਰੂਪ ਕੀਤੀ ਦਾ ਜਾਣੇ ਕੌਣ ਕੂਤ ਆਪ ਦੱਸਦੇ ਹਨ ਹੋਰ ਕੌਣ ਇਹ ਲੇਖਾ ਲਿਖਣਾ ਜਾਣਦਾ ਹੈ ਜੇ ਮਾਨੁਕ ਤੋਂ ਲੇਖਾ ਲਿਖਿਆ ਵੀ ਜਾਵੇ ਤਾਂ ਉਹ ਕਿੰਨਾ ਕੁ ਹੋ ਜਾਏਗਾ ਭਾਵ ਅਧੂਰਾ ਹੀ ਰਹੇਗਾ ਕਿਤਨਾ ਬਲ ਹੈ ਕਿਤਨਾ ਸੋਹਣਾ ਰੂਪ ਹੈ ਕਿੰਨੀ ਦਾਤ ਹੈ ਕੌਣ ਇਸ ਬੇਅੰਤਾਈ ਦੀ ਗਿਣਤੀ ਮਣਤੀ ਕਰ ਸਕਦਾ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ ਹਾਂ ਉਸ ਸਰਬ ਸਮਰਥ ਆਪ ਹੀ ਜਾਣਦਾ ਹੈ ਜਿਸ ਨੇ ਇੱਕ ਵਾਕ ਨਾਲ ਸਾਰਾ ਜਗਤ ਪਸਾਰਾ ਪਸਾਰ ਦਿੱਤਾ ਹੈ ਉਸ ਤੋਂ ਫਿਰ ਜਗਤ ਪ੍ਰਬੰਧ ਦੇ ਲੱਖਾਂ ਪਰਵਾਟੁਰ ਪੇ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ ਜਦ ਵਰਣਨ ਹੋ ਹੀ ਨਹੀਂ ਸਕਦਾ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਵੇ ਜਾ ਕੇ ਵਾਹ ਵਾਹ ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਾਵਾਂ ਤੇ ਉਸ ਰੰਗ ਵਿੱਚ ਆਖਾਂ ਏ ਨਰੰਕਾਰ ਤੂੰ ਸਦਾ ਸਲਾਮਤ ਹੈ ਜੋ ਤੈਨੂੰ ਭਾਵਦਾ ਹੈ ਉਹ ਭਲਾ ਕਮ ਹੈ ਅਸੰਖ ਜਪ ਅਸੰਗ ਪਾਓ ਅਸੰਗ ਪੂਜਾ ਅਸੰਗ ਤਪਤਾਓ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋਹ ਪਕਸਾਰ असंख मोन लेवलाए तार कुदरत कौन कहा विचार वार्य न जावा एक वार जो तुद पावे साई पलिकार तू सदा सलामत निरंकार असंख मूरख हंद कोर असंख चोर हराम खोर असंख अमर कर जाए जोर असंख गलवट हत्या कमाए असंख पापी पाप कर जाए असंख कूड़ियार कूड़े फिराए असंख मलेच मल खाए ਅਸੰਗ ਨਿੰਦਕ ਸਰਕਾਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਤ ਭਾਵੈ ਸਾਈ ਪਾਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰਾਕਥਨ ਪੌੜੀ 16 ਵਿੱਚ ਕਰਤੇ ਦੇ ਕਰਨਿਆਂ ਵੱਲ ਨਜ਼ਰ ਪੁਆ ਕੇ ਇਸ ਧਰਤੀ ਦੇ ਹੇਠਾਂ ਫਿਰ ਉੱਪਰ ਨਜ਼ਰ ਪੁਆ ਕੇ ਸੁੰਦਰਤਾ ਦਾਤ ਤੇ ਵਰਤ ਰਹੀ ਸ਼ਕਤੀ ਦਾ ਦਰਸ਼ਨ ਦਿਖਾ ਕੇ ਕਰਤਾ ਪੁਰਖ ਵੱਲ ਧਿਆਨ ਨੂੰ ਲੈ ਗਏ ਸਨ ਹੁਣ ਧਰਤੀ ਉੱਤੇ ਵਸਰੇ ਮਨੁੱਖਾਂ ਨੂੰ ਲੈਂਦੇ ਹਨ ਉਹਨਾਂ ਵਿੱਚੋਂ ਪੌੜੀ 17 ਵਿੱਚ ਨੇਕੀਵਾਲ ਲੱਗੇ ਬੰਦਿਆਂ ਦਾ ਜ਼ਿਕਰ ਕਰਕੇ ਫਿਰ ਕਰਨਿਆਂ ਦੇ ਕਰਤਾ ਜੀਵਲ ਧਿਆਨ ਨੂੰ ਖਿੱਚ ਖੜਦੇ ਹਨ ਇਸੇ ਤਰ੍ਹਾਂ ਪੌੜੀ 18 ਵਿੱਚ ਬਦੀ ਵਿੱਚ ਖਚਿਤ ਮਨੁੱਖਾਂ ਦਾ ਜ਼ਿਕਰ ਕਰਕੇ ਫਿਰ ਕਰਤਾਪੁਰਖ ਦੀ ਸਿਫਤ ਸਲਾਹ ਵਿੱਚ ਲੈ ਚੜਦੇ ਹਨ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਨੇਕੀ ਵਾਲ ਲਗਿਆਂ ਦੇ ਦਰਸ਼ਨ ਏ ਨਿਰੰਕਾਰ ਅਣਗਿਣਤ ਤੇਰਾ ਜਪ ਕਰ ਰਹੇ ਹਨ ਅਣਗਿਣਤ ਪ੍ਰੇਮ ਕਰ ਰਹੇ ਹਨ ਅਣਗਿਣਤ ਪੂਜਾ ਕਰ ਰਹੇ ਹਨ ਅਨੇਕ ਤਪ ਤਾਪ ਰਹੇ ਹਨ ਅਸੰਗਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਣਗਿਣਤ ਪਾਠ ਵੇਦਾਂ ਤੇ ਹੋਰ ਧਰਮ ਗ੍ਰੰਥਾਂ ਨੂੰ ਨਾਲ ਕਰ ਰਹੇ ਹਨ ਅਣਗਿਣਤ ਜੋਗੀ ਹਨ ਜੋ ਮਨ ਵਿੱਚ ਸੰਸਾਰ ਤੋਂ ਉਦਾਸ ਰਹਿੰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਪਕਸਾਰ ਅਣਗਿਣਤ ਭਗਤ ਹਨ ਜੋ ਤੇਰੇ ਗੁਣਾ ਨੂੰ ਗਾਉਂਦੇ ਤੇ ਤੇਰੇ ਗਿਆਨ ਦੇ ਵਿਚਾਰ ਵਿੱਚ ਰਹਿੰਦੇ ਹਨ ਅਣਗਿਣਤ ਸਤੀ ਹਨ ਅਣਗਿਣਤ ਦਾਤੇ ਹਨ ਅਣਗਿਣਤ ਸੂਰਮੇ ਹਨ ਜੋ ਮੂਹ ਤੇ ਮੂੰਹਾ ਤੇ ਲੋਹਾ ਚਖਦੇ ਹਨ ਭਾਉ ਸੰਮੁਖ ਹੋ ਕੇ ਜੂਝਦੇ ਤੇ ਸ਼ਸਤਰਾਂ ਦਾ ਵਾਰਸ ਹੁੰਦੇ ਹਨ ਅਸੰਖ ਮੋਨ ਲੇਵ ਲਾਇ ਤਾਰ ਅਣਗਿਣਤ ਮੁਨੀ ਹਨ ਜੋ ਲੇਵ ਦੀ ਤਾਰ ਲਾਈ ਰੱਖਦੇ ਹਨ ਭਾਉ ਬਿਰਤੀ ਦੇ ਪਰਵਾਨ ਨੂੰ ਰੋਕੀ ਰੱਖਣ ਦਾ ਯਤਨ ਕਰਦੇ ਹਨ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੇਰੇ ਵਿੱਚ ਐਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵੇਰੀ ਰਚਨ ਹਾਰ ਤੋਂ ਸਦਕੇ ਹੋ ਜਾਵਾਂ ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਵਤ ਜਾ ਕੇ ਵਾਹ ਵਾਹ ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਾਵਾਂ ਤੇ ਉਸ ਰੰਗ ਵਿੱਚ ਆਖਾਂ ਏ ਨਿਰੰਕਾਰ ਤੂੰ ਸਦਾ ਸਲਾਮਤ ਹੈ ਜੋ ਤੈਨੂੰ ਪਾਉਂਦਾ ਹੈ ਉਹ ਪਲਾ ਕਮ ਹੈ ਅਸੰਖ ਮੂਰਖ ਅੰਦਕੋਰ ਅਸੰਖ ਚੋਰ ਹਰਾਮਖੋਰ ਅਣਗਿਣਤ ਮੂਰਖ ਤੇ ਅੰਨੇ ਮੂਰਖ ਤੇ ਘੋਰ ਮੂਰਖ ਹਨ ਭਾਵੇਂ ਅਗਿਆਨੀ ਹਨ ਅਣਗਿਣਤ ਚੋਰ ਹਨ ਅਤੇ ਕਈ ਹੋਰ ਧਰਮ ਵਿਰੁੱਧ ਤਰੀਕਿਆਂ ਨਾਲ ਪੈਸਾ ਪ੍ਰਾਪਤ ਕਰਕੇ ਹਰਾਮ ਖਾਣ ਵਾਲੇ ਹਨ ਅਸੰਖ ਅਮਰ ਕਰ ਜਾਏ ਜੋ ਅਸੰਖ ਗਲਵੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਣਗਿਣਤ ਜ਼ੋਰ ਜ਼ੁਲਮ ਕਰਨ ਵਾਲੇ ਹਨ ਜੋ ਜ਼ਬਰੀ ਹਕੂਮਤਾਂ ਕਰ ਕਰਕੇ ਅੰਤ ਮਰ ਜਾਂਦੇ ਹਨ ਅਣਗਿਣਤ ਗਲੇ ਕੱਟਣ ਵਾਲੇ ਹਥਿਆਰੇ ਹਨ ਜੋ ਹਤਿਆਈ ਕਰਦੇ ਰਹਿੰਦੇ ਹਨ ਅਣਗਿਣਤ ਹੋਰ ਅਨੇਕ ਤਰ੍ਹਾਂ ਦੇ ਪਾਪੀ ਹਨ ਜੋ ਪਾਪ ਗੁਨਾਹ ਕਰਦੇ ਹੀ ਮਰ ਜਾਂਦੇ ਹਨ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਅਣਗਿਣਤ ਝੂਠ ਵਿੱਚ ਰਚੇ ਹੋਏ ਝੂਠੇ ਲੋਕ ਹਨ ਜੋ ਝੂਠ ਦੇ ਫੇਰਾਂ ਵਿੱਚ ਹੀ ਫੇਰਾਂ ਵਿੱਚ ਹੀ ਪਏ ਘੁਮਿਆਏ ਖਾਂਦੇ ਹਨ ਅਣਗਿਣਤ ਮਲੇਚ ਹਨ ਜੋ ਗੰਦ ਬਕਦੇ ਤੇ ਗੰਦ ਖਾਂਦੇ ਹਨ ਅਣਗਿਣਤ ਨਿੰਦਿਆ ਕਰਨ ਵਾਲੇ ਹਨ ਜੋ ਨਿੰਦਿਆ ਦਾ ਭਾਰ ਸਿਰ ਤੇ ਚੁੱਕਦੇ ਹਨ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਤਤ ਭਾਵੇ ਸਾਈ ਪਲਕਾਰ ਤੂ ਸਦਾ ਸਲਾਮਤ ਨਿਰੰਕਾਰ ਇਹ ਨੀਚ ਕਰਮ ਵਾਲਿਆਂ ਦੀ ਵਿਚਾਰ ਨੀਮਾ ਨਾਨਕ ਕਹਿ ਰਿਹਾ ਹੈ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਬੇ ਜਾ ਕੇ ਵਾਹ 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 ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਾਵਾਂ ਤੇ ਉਸ ਰੰਗ ਵਿੱਚ ਆਖਾਂ हे ਨਿਰੰਕਾਰ ਤੂੰ ਸਦਾ ਸਲਾਮਤ ਹੈ ਜੋ ਤੈਨੂੰ ਪਾਉਂਦਾ ਹੈ ਉਹ ਭਲਾ ਕਮ ਹੈ ਅਸੰਖ ਨਾਮ ਅਸੰਖ ਥਾਉ ਅਗੰਗ ਅਗੰਗ ਅਸੰਖ ਲੋ ਅਸੰਗ ਕਹਿ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤਿ ਸਰਨਾਏ ਜੇ ਫਰਮਾਏ ਤਿ ਉਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਵਿਣਨਾਵੇਂ ਨਾ ਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਤ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪੁਰਾਕਥਨ ਹੁਣ ਧਰਤੀ ਦੇ ਉੱਪਰ ਵਰਤ ਰਹੀ ਸ਼ਕਤੀ ਪਸ ਰਹੀ ਸੁੰਦਰਤਾ ਤੇ ਮਿਲ ਰਹੀ ਦਾਤ ਜੋ ਪੌੜੀ 16 ਵਿੱਚ ਦਰਸਾਈ ਸੀ ਉਸ ਤੋਂ ਨਜ਼ਰ ਚੁੱਕ ਕੇ ਫਿਰ ਧਰਤੀ ਤੇ ਵਸਰੇ ਮਹਾਨ ਪੁਨਿਆ ਤੇ ਮਹਾਨ ਪਾਪੀਆਂ ਤੋਂ ਵੀ ਦ੍ਰਿਸ਼ਟੀ ਉਠਾ ਕੇ ਧਰਤੀ ਤੋਂ ਦੂਰ ਸੂਰਜਾਂ ਚੰਦਰਾ ਗ੍ਰਹਾਂ ਤੇ ਅਦ੍ਰਿਸ਼ੇ ਵੱਲ ਧਿਆਨ ਨੂੰ ਲੈ ਚੱਲੇ ਹਨ ਇਸ 19ਵੀਂ ਪੌੜੀ ਵਿੱਚ ਦੱਸਦੇ ਹਨ ਇਸ ਸਾਡੀ ਪਹੁੰਚ ਤੋਂ ਵੀ ਪਰੇ ਅਨੇਕਾਂ ਲੋਕ ਹਨ ਉਹਨਾਂ ਦੇ ਟਿਕਾਣੇ ਜਿੱਥੇ ਕੋ ਉਹ ਹਨ ਤੇ ਉਹਨਾਂ ਦੇ ਨਾਮ ਸਾਡੀ ਗਿਆਤ ਵਿੱਚ ਨਹੀਂ ਹਨ گویا ਧਰਤੀ ਦੀ ਵਿਸ਼ਾਲਤਾ ਦੱਸ ਕੇ ਹੁਣ ਬ੍ਰਹਿਮੰਡ ਦੀ ਵਿਸ਼ਾਲਤਾ ਵਿੱਚ ਚਲਦੀ ਨਜ਼ਰ ਪਵਾਉਂਦੇ ਹਨ ਅਸੰਖ ਨਾਮ ਅਸੰਖ ਥਾਂ ਅਗੰਗ ਅਗੰਗ ਅਸੰਖ ਲੋ ਅਸੰਗ ਕਹਿ ਸਿਰ ਪਹਾਰ ਹੋਏ ਅਣਗਿਣਤ ਹਨ ਲੋਕ ਜੋ ਸਾਡੀ ਪਹੁੰਚ ਤੋਂ ਵੀ ਪਰੇ ਹਨ ਤੇ ਅਸੰਖ ਖੰ ਲੋਕ ਜੋ ਸਾਡੀ ਗਿਆਤ ਤੋਂ ਵੀ ਪਰੇ ਹਨ ਅਣਗਿਣਤ ਹਨ ਉਹਨਾਂ ਦੇ ਨਾਮ ਤੇ ਅਣਗਿਣਤ ਹਨ ਥਾਵ ਕਿ ਜਿੱਥੇ ਕੋ ਵਾਰ ਉਹ ਹਨ ਅਣਗਿਣਤ ਹਨ ਜੀਵ ਜੋ ਕਹਿੰਦੇ ਹਨ ਅਰਥਾਤ ਵਰਣਨ ਕਰਦੇ ਹਨ ਕਹਿਣ ਨਾਲ ਉਹਨਾਂ ਦੇ ਸਿਰ ਤੇ ਭਾਰ ਹੀ ਚੜਦਾ ਹੈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰਾਂ ਦੁਆਰੇ ਅਰਥਾਤ ਆਖ ਕੇ ਹੀ ਪਰਮੇਸ਼ਰ ਦਾ ਨਾਮ ਲੀਤਾ ਜਾਂਦਾ ਹੈ ਅੱਖਰਾਂ ਦੁਆਰੇ ਹੀ ਉਸ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅੱਖਰਾਂ ਦੁਆਰੇ ਹੀ ਗਿਆਨ ਕਥਨ ਕਰੀਦਾ ਹੈ ਅੱਖਰਾਂ ਦੁਆਰੇ ਹੀ ਪਰਮਾਤਮ ਦੇਵ ਦੇ ਗੁਣਾਂ ਦੇ ਜਾਣਨ ਹਾਰ ਹੋ ਜਾਈਦਾ ਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਗੱਲ ਕੀ ਹਰ ਪ੍ਰਕਾਰ ਦੀ ਬੋਲੀ ਦਾ ਬੋਲਣਾ ਤੇ ਲਿਖਣਾ ਅੱਖਰਾਂ ਦੁਆਰੇ ਹੀ ਹੁੰਦਾ ਹੈ ਇਥੋਂ ਤਾਂ ਹੀ ਕਿ ਸੰਜੋਗ ਵਿਜੋਗ ਜੋ ਸਿਰ ਤੇ ਲਿਖਿਆ ਹੋਇਆ ਹੈ ਅੱਖਰਾਂ ਦੁਆਰੇ ਹੀ ਵਰਣਨ ਕੀਤਾ ਜਾਂਦਾ ਹੈ ਜਿਨ ਇਹ ਲਿਖੇ ਤਿਸਰ ਨਾਏ ਜਿ ਫਰਮਾਏ ਤੇ ਉਤੇ ਉਪਾਏ ਪਰ ਜਿਸ ਵੈਗਰੂ ਨੇ ਜੀਵਾਂ ਦੇ ਸਿਰ ਤੇ ਇਹ ਲੇਖ ਲਿਖੇ ਹਨ ਉਸ ਦੇ ਆਪਣੇ ਸਿਰ ਤੇ ਕੋਈ ਅੱਖਰ ਨਹੀਂ ਲਿਖਿਓਏ ਭਾਉ ਉਹ ਕਿਸੇ ਕਲਮ ਕਿਸੇ ਅੱਖਰ ਕਿਸੇ ਕਿਹੜੇ ਹੀਠ ਨਹੀਂ ਉਸ ਉਪਰ ਕਿਸੇ ਦਾ ਫਰਮਾਨ ਨਹੀਂ ਉਸ ਦਾ ਫਰਮਾਨ ਸੱਪਰ ਹੈ जेता कीता तेता ना विण में ना को थाओ गल की जितना कुछ उसका रचिया होया है उतना नाम आश्रित है नाम तो बिना कोई थाम नहीं है कुदरत कौन कहाार न जावा एक बार जो साई पलिकार तू सदा सलामत निरंकार ਮੇਰੇ ਵਿੱਚ ਐਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ ਜਦ ਵਰਣਨ ਹੋ ਹੀ ਨਹੀਂ ਸਕਦਾ ਤਾਂ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ ਭਾਉ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਵੇ ਜਾ ਕੇ ਵਾਹ 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 ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਾਵਾਂ ਤੇ ਉਸ ਰੰਗ ਵਿੱਚ ਆਖਾਂ हे ਨਿਰੰਕਾਰ ਤੂੰ ਸਦਾ ਸਲਾਮਤ ਹੈ ਜੋ ਤੈਨੂੰ ਪਾਉਂਦਾ ਹੈ ਉਹ ਭਲਾ ਕਮ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਵਿਚਾਰ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ